ਇਹ ਆਕਾਸ਼ਵਾਣੀ ਜੰਮੂ ਇਸ ਵੇਲੇ ਦੇ ਬੁਲੇਟਿਨ ਕੰਨੇ ਮੈਂ ਪੂਨਮ ਡੋਗਰਾ। ਦੇਸ਼ ਭਰ ਚ ਅੱਜ ਪੰਜੀਵਾਂ ਕਰਗਿਲ ਦਿਵਸ ਮਨਾਇਆ ਜਾ ਰਿਹਾ। 1999 ਚ ਕਰਗਿਲ ਯੁੱਧ ਦੌਰਾਨ ਦੇਸ਼ ਦੀ ਹਿਫਾਜ਼ਤ ਲਈ ਵੀਰੇ ਆਪਣੇ ਜਿੰਦੂ ਦਾ ਬਲੀਦਾਨ ਦੇ ਦਿੱਤਾ ਹਾ। 26 ਜੁਲਾਈ 1999 ਚ ਭਾਰਤ ਨੇ ਪਾਕਿਸਤਾਨ ਦੀ ਕਰਗਿਲ ਯੁੱਧ ਚ ਹਰਾਈਏ ਲੜਾਈ ਜਿੱਤੀ ਸੀ। ਤਦੋਂ ਥਮਾਂ ਗਏ ਕਰਗਿਲ ਵਿਜੈ ਦਿਵਸ ਮਨਾਇਆ ਜਾਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਕਰਗਿਲ ਯੁੱਧ ਸਮਾਰਕ ਦਾ ਦੌਰਾ ਲਾਇਆ ਤੇ ਜਿੰਦੇ ਦਾ ਸਰਵਉੱਚ ਬਲੀਦਾਨ ਦੇਣ ਵਾਲੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਚ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਅੱਜ ਹਰ ਭਾਰਤੀ ਲਈ ਇਕ ਵਿਸ਼ੇਸ਼ ਦਿਨ ਹੈ। ਉਨੇ ਗਲਾਇਆ ਜੇ ਅੱਜ ਉਨੇ ਗੀ ਸ਼ਰਧਾ ਸੁਮਨ ਅਰਪਿਤ ਕਰਨ ਦਾ ਦਿਨ ਹੈ ਜਿਹੜੇ ਮੁਲਕੇ ਦੀ ਰਾਖੀ ਹਿਫਾਜ਼ਤ ਕਰਦੇ ਨੇ। ਮੋਦੀ ਹੋਰੇ ਅੱਜ ਸ਼ਿਨਕੁਨ ਲਾਡ ਟਨਲ ਪਰਿਯੋਜਨਾ ਦੇ ਨਿਰਮਾਣ ਕੰਮ ਦਾ ਸ਼ੁਭਾਰੰਭ ਵੀ ਕੀਤਾ। ਪ੍ਰਧਾਨ ਮੰਤਰੀ ਹੋਰੇ ਵਰਚੁਅਲ ਢੰਗਾਂ ਕੰਨੇ ਸ਼ਿਨਕੁਨ ਲਾਡ ਟਨਲ ਦੇ ਨਿਰਮਾਣ ਕੰਮ ਲਈ ਪਹਿਲਾ ਧਮਾਕਾ ਵੀ ਕੀਤਾ। ਇਸ ਪਰਿਯੋਜਨਾ ਕੰਨੇ ਖਰਾਬ ਮੌਸਮ ਚ ਵੀ ਹਿਮਾਚਲ ਪ੍ਰਦੇਸ਼ ਦਾ ਲੇਹ ਕੰਨੇ ਬਿਹਤਰ ਰਾਬਤਾ ਰਖਿਆ ਜਾ ਸਕੋਗਾ। ਇਹ ਪਰਿਯੋਜਨਾ ਲੇਹ ਚ ਬਿਹਤਰ ਸਿੜਕ ਰਾਬਤਾ ਪ੍ਰਦਾਨ ਕਰੋਗਾ। ਮੁਕੰਮਲ ਹੋਣ ਮਗਰਾ ਇਹ ਵਿਸ਼ਵ ਦੀ ਸਭ ਨੇ ਸ਼ਾਂ ਵੱਡੀ ਸੁਰੰਗ ਬਣੀ ਜਾਗ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰੇ ਅੱਜ ਕਰਗਿਲ ਵਿਜੈ ਦਿਵਸ ਦੇ ਮੌਕੇ ਉਪਰ ਵੀਰੇ ਗੀ ਸ਼ਰਧਾਂਜਲੀ ਅਰਪਿਤ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਚ ਰਾਸ਼ਟਰਪਤੀ ਹੋਰੇ ਭਾਰਤੀ ਜਵਾਨਾਂ ਦੇ ਬੇਮਿਸਾਲ ਜਜ਼ਬੇ ਤੇ ਬਹਾਦਰੀ ਦੀ ਸਰਾਹਨਾ ਕੀਤੀ। ਉਨੇ ਕਰਗਿਲ ਯੁੱਧ ਚ ਦੇਸ਼ ਦੀ ਹਿਫਾਜ਼ਤ ਲਈ ਆਪਣੇ ਜਿੰਦੂ ਦਾ ਬਲੀਦਾਨ ਦੇਣ ਵਾਲੇ ਵੀਰੇ ਗੀ ਸ਼ਰਧਾਂਜਲੀ ਅਰਪਿਤ ਕੀਤੀ ਤੇ ਗਲਾਇਆ ਜੇ ਉਨਦੇ ਇਸ ਬਲੀਦਾਨ ਗੀ ਮੁਲਕ ਕਦੇ ਨਹੀਂ ਭੁੱਲ ਸਕਦਾ। ਰਕਸ਼ਾ ਮੰਤਰੀ ਰਾਜਨਾਥ ਸਿੰਘ ਹੋਰੇ ਵੀ ਅੱਜ ਕਰਗਿਲ ਵਿਜੈ ਦਿਵਸ ਦੀ 5ਵੀਂ ਰਜਤ ਜਯੰਤੀ ਦੇ ਮੌਕੇ ਉਪਰ ਦੇਸ਼ ਦੀ ਅਖੰਡਤਾ ਤੇ ਸੰਪ੍ਰਭੁਤਾ ਦੀ ਰਾਖੀ ਕਰਨ ਵਾਲੇ ਵੀਰੇ ਗੀ ਸ਼ਰਧਾਂਜਲੀ ਅਰਪਿਤ ਕੀਤੀ ਹੈ। ਕਰਗਿਲ ਵਿਜੈ ਦਿਵਸ ਦੇ ਮੌਕੇ ਉਪਰ ਰਕਸ਼ਾ ਮੰਤਰੀ ਹੋਰੇ ਅੱਜ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਚ ਵੀਰੇ ਗੀ ਸ਼ਰਧਾ ਸੁਮਨ ਅਰਪਿਤ ਕੀਤੇ। ਸੈਨਾ ਉਪਾਧਿਅਕਸ਼ ਲੈਫਟੀਨੈਂਟ ਜਨਰਲ ਐਨ ਰਾਜਾ ਸੁਬਰਮਨੀ, ਵਾਯੂ ਸੈਨਾ ਦੇ ਉਪਾਧਿਅਕਸ਼ ਵਾਇਸ ਐਡਮਿਰਲ ਕੇ ਸਵਾਮੀਨਾਥਨ, ਭਾਰਤੀ ਵਾਯੂ ਸੈਨਾ ਦੇ ਉਪਾਧਿਅਕਸ਼ ਏਅਰ ਮਾਰਸ਼ਲ ਏਪੀ ਸਿੰਘ ਤੇ CISC ਲੈਫਟੀਨੈਂਟ ਜਨਰਲ ਜੌਨਸਨ ਪੀ ਮੈਥਿਊ ਹੋਰੇ ਵੀ ਕਰਗਿਲ ਯੁੱਧ ਦੇ ਸ਼ਹੀਦੇ ਵੀਰੇ ਗੀ ਸ਼ਰਧਾ ਸੁਮਨ ਤੇ ਭਾਵ ਪਰੋਚੀ ਸ਼ਰਧਾਂਜਲੀ ਅਰਪਿਤ ਕੀਤੀ। ਕਰਗਿਲ ਵਿਜੈ ਦਿਵਸ ਭਾਰਤ ਦੀ ਪਾਕਿਸਤਾਨ ਉਪਰ ਜਿੱਤ ਦੇ ਚੇਤੇ ਚ ਮਨਾਇਆ ਜਾਂਦਾ। ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੇ ਵੀ ਅੱਜ ਕਰਗਿਲ ਵਿਜੈ ਦਿਵਸ ਦੇ ਮੌਕੇ ਉਪਰ ਬਹਾਦਰ ਸ਼ਹੀਦ ਜਵਾਨਾਂ ਨੂੰ ਚੇਤਾ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਚ ਸ਼ਾਹ ਹੋਰੇ ਹਿਮਾਲਿਆ ਦੇ ਉੱਚੇ ਪਹਾੜਾਂ ਚ ਬਹਾਦਰੀ ਕੰਨੇ ਲੜਦੇ ਹੋਏ ਦੁਸ਼ਮਣਾਂ ਨੂੰ ਆਪਣੀ ਧਰਤੂ ਥਮਾਂ ਖਦੇੜਨ ਵਾਲੇ ਸ਼ਹੀਦਾਂ ਪ੍ਰਤੀ ਆਭਾਰ ਪ੍ਰਗਟ ਕੀਤਾ। ਉਨੇ ਵੀਰੇ ਦੇ ਜਜ਼ਬੇ ਗੀ ਨਮਨ ਕੀਤਾ ਤੇ ਗਲਾਇਆ ਜੇ ਰਾਸ਼ਟਰ ਉਨਦੇ ਬਲੀਦਾਨ ਗੀ ਕਦੇ ਨਹੀਂ ਭੁੱਲ ਸਕਦਾ। ਉਪ ਰਾਜਪਾਲ ਮਨੋਜ ਸਿਨਹਾ ਹੋਰੇ ਅੱਜ ਕਰਗਿਲ ਵਿਜੈ ਦਿਵਸ ਦੇ ਮੌਕੇ ਉਪਰ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸਾਡੇ ਆਕਾਸ਼ਵਾਣੀ ਜੰਮੂ ਦੇ ਸੰਵਾਦਦਾਤਾ ਨੇ ਜਾਣਕਾਰੀ ਦਿੱਤੀ ਹੈ ਜੇ LG ਹੋਰੇ ਸੋਸ਼ਲ ਮੀਡੀਆ ਸਾਈਟ ਐਕਸ ਚ ਕਰਗਿਲ ਵਿਜੈ ਦਿਵਸ ਦੀ 5ਵੀਂ ਜਯੰਤੀ ਦੇ ਮੌਕੇ ਉਪਰ ਉਨੇ ਸ਼ਹੀਦ ਵੀਰੇ ਗੀ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਦੇਸ਼ ਦੀ ਹਿਫਾਜ਼ਤ ਲਈ ਆਪਣੀ ਜਿੰਦੂ ਦਾ ਸਰਵਉੱਚ ਬਲੀਦਾਨ ਦਿੱਤਾ। 26 ਜੁਲਾਈ 1999 ਚ ਭਾਰਤੀ ਸੈਨਾ ਨੇ ਓਪਰੇਸ਼ਨ ਵਿਜੇ ਦੀ ਸਫਲ ਸਮਾਪਤੀ ਦਾ ਐਲਾਨ ਕੀਤਾ ਹਾ। ਤਕਰੀਬਨ 3 ਮਹੀਨੇ ਚੱਲਣ ਵਾਲੇ ਇਸ ਅਭਿਆਨ ਚ ਭਾਰਤੀ ਸੈਨਾ ਨੇ ਕਰਗਿਲ ਯੁੱਧ ਚ ਪਾਕਿਸਤਾਨ ਦੀ ਕਰਾਰੀ ਹਾਰ ਦਿੱਤੀ ਸੀ ਤੇ ਇਸੇ ਕਰੀ ਹਰ ਬਰੇ 26 ਜੁਲਾਈ ਗੀ ਕਰਗਿਲ ਵਿਜੇ ਦਿਵਸ ਮਨਾਇਆ ਜਾਂਦਾ। ਸ੍ਰੀਲੰਕਾ ਦੇ 36 ਵਿਦਿਆਰਥੀਆਂ ਗੀ ਭਾਰਤ ਸਰਕਾਰ ਆਸਿਆ ਵਜ਼ੀਫੇ ਦੀ ਸਹੂਲਤ ਦਿੰਦੇ ਹੋਏ ਭਾਰਤ ਚ ਹਿੰਦੀ ਭਾਸ਼ਾ ਦਾ ਅਧਿਐਨ ਕਰਨ ਲਈ ਚੁਣਿਆ ਗਿਆ। ਅਗਸਤ ਮਹੀਨੇ ਸ਼ੁਰੂ ਹੋਣ ਵਾਲੇ ਇਸ 9 ਮਹੀਨੇ ਦੇ ਕੋਰਸ ਚ ਵਿਦਿਆਰਥੀਆਂ ਗੀ ਭਾਰਤ ਸਰਕਾਰ ਦੀ ਤਰਫਾਂ ਵਜ਼ੀਫਾ ਜਿਹਦੇ ਚ ਸ਼ੈਕਸ਼ਨਿਕ ਫੀਸ ਵੀ ਸ਼ਾਮਲ ਹੈ ਤੇ ਸਹੂਲਤ ਦਿੱਤੀ ਜਾਗ। ਇਹ ਕੋਰਸ ਆਗਰਾ ਦੇ ਕੇਂਦਰੀ ਹਿੰਦੀ ਸੰਸਥਾਨ ਚ ਕਰਾਇਆ ਜਾਗ। ਸ੍ਰੀਲੰਕਾ ਚ ਭਾਰਤ ਦੇ ਉਚਾਯੁਕਤ ਸੰਤੋਸ਼ ਜਾ ਹੋਰੇ ਭਾਰਤ ਜਾਣੇ ਥਮਾਂ ਪਹਿਲੇ ਵਿਦਿਆਰਥੀਆਂ ਕੰਨੇ ਗੱਲਬਾਤ ਕੀਤੀ।
उनें दमें मुल्खें बश्कार सांस्कृतिक साहित्यिक ते धार्मिक सरबंधें च मजबूती लेआने दे कम्मा च हिंदी भाषा दे योगदान उप्पर भी लोह पाई। उनें विद्यार्थियें गी इस अध्ययन लेई शुभकामना दित्तियां। पिछले 13 बरें च 170 विद्यार्थी श्रीलंका थमां भारत हिंदी भाषा दे अध्ययन लेई आई चुके दे न। इस बरे सब्भनें शा मती गिनतरी च विद्यार्थियें दा चुनां कीता गेआ है। अमरनाथ यात्रा दा 29वां जत्था अज्ज बडलै 2,566 यात्रुएं कन्नै भगवती आधार शिविर जम्मू थमां कश्मीर घाटी लेई रवाना होआ। 84 गड्डियें दे काफिले च सवार इस जत्थे च 1,877 मर्द, 577 महिला, 12 न्याणे, 95 साधु ते 5 साधवियां शामिल हियां। इंदे शा 885 श्रद्धालु बालटाल लई ते 1,681 श्रद्धालु पहलगाम आधार शिविर लई रवाना होए, जित्थुआं ओ अपनी अगड़ी यात्रा शुरू करगन। अजे तकर 4.35 लाख शा मते श्रद्धालु बाबा बर्फानी दे हिमलिंगम दे दर्शन करी चुके दे न। पिछले बरे इस्से अवधि दौरान यात्रुएं दी गिनती 4.5 लाख दर्ज कीती गई ही। पिछले महीने 28 जून गी उपराज्यपाल मनोज सिन्हा होरें अमरनाथ यात्रा दे पहले जत्थे गी जम्मू थमां झंडी दस्सियै रवाना कीता हा। 52 दिन चलने आली ए यात्रा 19 अगस्त गी रखड़ पुन्या आले दिन संपन्न होई जाग। पैरिस ओलंपिक 2024 दी अज शुरूआत होआ दी है। उद्घाटन समारोह भारतीय समय मुताबिक राती 11 बजे पैरिस च सीन नदी दे कंडे आयोजित होग। भारत दी तरफा शारत कमल ते पीवी सिंधु और राष्ट्रीय झंडा हत्थ च लेइयै परेड दी अगुवाई करगन। बैडमिंटन खडारी सिंधु होरें 2 बारी ओलंपिक च तगमे जित्ते दे न ते टेबल टेनिस खडारी कमल होर 5वीं बारी ओलंपिक खेडे च हिस्सा लै करदे न। तेरे कन्नै गै इस बेले दा ए बुलेटिन समाप्त हुआ।